ਨੌਦੀਪ ਕੌਰ ਦੇ ਨਾਲ ਕੀ ਮਤਲਬ ਹੋਇਆ ਕੀ ਹੈ ਤੁਹਾਨੂੰ ਕਿਵੇਂ ਪਤਾ ਲੱਗਿਆ? ਨੌਦੀਪ ਕੌਰ ਦੇ ਨਾਲ ਜੀ ਅਸੀਂ 8, 9 ਤੇ 10 ਤਰੀਕ ਦੇ ਵਿੱਚ ਅਸੀਂ ਉੱਥੇ ਸੀ ਦਿੱਲੀ ਸਿੰਘੂ ਬਾਰਡਰ ਤੇ ਜੀ। ਉੱਥੇ ਇੱਕ ਬੱਲ LED ਬੱਲ ਬਣਾਉਂਦੇ ਜੀ, ਕੋਈ ਉੱਥੇ ਇੰਨਾ ਹੀ ਲੋਕਡਾਊਨ ਤੋਂ ਪਹਿਲਾਂ ਲੱਗੇ ਹੋਏ ਸੀ ਜੀ, ਉੱਥੇ ਕੋਈ ਜੋਬ ਕਰਦੇ ਸੀ ਇਹ, ਜੋ ਕੋਈ 8-9 ਹਜ਼ਾਰ ਰੁਪਏ ਤੇ ਤਨਖਾਹ ਦੇ ਮਹੀਨੇ ਦੇ ਹਿਸਾਬ ਨਾਲ ਕਰਦੇ ਸੀ। ਅੱਛਾ, ਜਦੋਂ ਤੋਂ ਇਹ ਅੰਦੋਲਨ ਸ਼ੁਰੂ ਹੋਇਆ ਕਿਸਾਨ ਦੇ ਕਿਸਾਨੀ ਅੰਦੋਲਨ, ਉਹ ਉਸ ਵੇਲੇ ਜੀ ਇਹਨਾਂ ਨੂੰ ਉੱਥੋਂ ਰਿਜ਼ਾਇਨ ਉਹਨਾਂ ਨੇ ਰਿਜ਼ਾਇਨ ਕਰ ਦਿੱਤਾ ਗਿਆ ਜੀ, ਹਟਾ ਦਿੱਤਾ ਗਿਆ ਜੀ। ਅਤੇ ਉਹ ਕਾਰਨ ਇਹ ਸੀ ਜੀ ਕਿ ਕਿਸਾਨੀ ਅੰਦੋਲਨ ਦੇ ਵਿੱਚ ਜਾ ਕੇ ਬੈਠਦੇ ਆ ਜੀ, ਉਹਨਾਂ ਦੀ ਹਮਾਇਤ ਕਰਦੇ ਆ। ਉਹਨੇ ਦੱਸਿਆ ਵੀ ਮੈਨੂੰ ਕੁੱਟਿਆ ਗਿਆ ਬਹੁਤ ਜ਼ਿਆਦਾ, ਆਦਮੀ ਜਿਹੜੇ ਚੱਕ ਕੇ ਲੈ ਗਏ ਵੀ ਜੈਂਟਸ ਹੀ ਸੀਗੇ, ਲੇਡੀਜ਼ ਨਹੀਂ ਸੀ ਨਾਲ ਉਹਨਾਂ ਦੇ ਪੁਲਿਸ ਦੇ, ਉਹ ਖੁਦ ਹੀ ਚੱਕ ਕੇ ਲੈ ਗਏ, ਜਾਂਦਿਆਂ ਨੇ ਵੀ ਕੁੱਟਿਆ, ਉੱਥੇ ਵੀ ਕੁੱਟਿਆ ਗਿਆ, ਥਾਣੇ ਦੇ ਵਿੱਚ ਵੀ, ਫਿਰ ਲੇਡੀਜ਼ ਵੱਲੋਂ ਵੱਖ ਕੁੱਟਿਆ ਗਿਆ। ਅੰਦਰੋਂ ਕੁਛ ਕੁੜੀਆਂ ਨੇ ਜਿਹੜੀਆਂ ਪਹਿਲਾਂ ਨੇ ਹਰਿਆਣੇ ਦੀਆਂ, ਉਹਨਾਂ ਵੱਲੋਂ ਫੋਨ ਕੀਤਾ ਗਿਆ ਸੀਗਾ ਵੀ ਨੌਦੀਪ ਕੌਰ ਦੇ ਪੈਰਾਂ 'ਚ ਖੂਨ ਆ ਰਿਹਾ ਅਤੇ ਉਹਦੇ ਪਿੰਡੇ 'ਤੇ ਬਹੁਤ ਜ਼ਖਮੀ। ਨੌਦੀਪ ਨਾਮ ਇੰਨੀ ਦਿਨੀ ਚਰਚਾ ਵਿੱਚ ਹੈ ਤੇ ਹੁਣ ਅੰਤਰਰਾਸ਼ਟਰੀ ਪੱਧਰ ਤੇ ਵੀ ਨੌਦੀਪ ਦੇ ਹੱਕ ਵਿੱਚ ਆਵਾਜ਼ ਉਠਾਈ ਜਾ ਰਹੀ ਹੈ ਤੇ ਟਵਿੱਟਰ ਤੇ ਹੈਸ਼ਟੈਗ ਰਿਲੀਜ਼ ਨੌਦੀਪ ਕੌਰ ਟੈਗ ਚਲਾਇਆ ਜਾ ਰਿਹਾ ਹੈ। ਲੜਕੀ ਨੂੰ ਗ੍ਰਿਫਤਾਰ ਕਿਉਂ ਕੀਤਾ ਗਿਆ, ਅਸਲ ਵਿੱਚ ਘਟਨਾ ਕੀ ਹੋਈ ਸੀ, ਇਹ ਸਭ ਜਾਣਨ ਦੇ ਲਈ ਸਾਡੇ ਪੱਤਰਕਾਰ ਤਰਸੇਮ ਢੋਡੀ ਨੌਦੀਪ ਦੇ ਘਰ ਪਹੁੰਚ ਗਏ, ਜਿੱਥੇ ਜਾ ਕੇ ਉਹਨਾਂ ਪੀੜਿਤ ਲੜਕੀ ਦੇ ਪਰਿਵਾਰ ਨਾਲ ਤੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ। ਦੱਸ ਦਈਏ ਕਿ ਇਹ ਲੜਕੀ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਗੰਦੜ ਦੀ ਰਹਿਣ ਵਾਲੀ ਹੈ ਤੇ ਲੜਕੀ ਨਾਲ ਪੂਰੀ ਘਟਨਾ ਕੀ ਹੋਈ, ਸੁਣੋ ਪੀੜਿਤ ਲੜਕੀ ਦੇ ਪਰਿਵਾਰ ਦੀ ਜ਼ੁਬਾਨੀ। ਬਾਈ ਜੀ, ਬਲਵਿੰਦਰ ਸਿੰਘ ਨਾਮ ਹੈ ਜੀ ਮੇਰਾ, ਮੈਂ ਪਿੰਡ ਗੰਦੜ ਦੇ ਰਹਿਣ ਵਾਲਾ। ਅੱਛਾ, ਨੌਦੀਪ ਕੌਰ ਦੇ ਨਾਲ ਕੀ ਮਤਲਬ ਹੋਇਆ ਕੀ ਹੈ ਤੁਹਾਨੂੰ ਕਿਵੇਂ ਪਤਾ ਲੱਗਿਆ? ਨੌਦੀਪ ਕੌਰ ਦੇ ਨਾਲ ਜੀ ਅਸੀਂ 8, 9 ਤੇ 10 ਤਰੀਕ ਦੇ ਵਿੱਚ ਅਸੀਂ ਉੱਥੇ ਸੀਗੇ ਦਿੱਲੀ ਸਿੰਘੂ ਬਾਰਡਰ ਤੇ ਜੀ, ਜੋ ਕਿ ਸਿੰਘੂ ਬਾਰਡਰ ਤੇ ਉੱਥੇ ਸਟੇਜ ਲੱਗੀ ਹੋਈ ਹੈ, ਉਸ ਤੋਂ ਤਕਰੀਬਨ 400 ਜਾਂ 300 ਮੀਟਰ ਦੇ ਦਾਇਰੇ ਵਿੱਚ ਪਿੱਛੇ ਹਟ ਕੇ ਇਹਨਾਂ ਨੇ ਆਪਣਾ ਤੰਬੂ ਲਾਇਆ ਹੋਇਆ ਸੀ ਜੀ। ਉੱਥੇ ਜੋ ਇਹ ਆਪਣੇ ਆਰਟੀਕਲ ਬਣਾ ਕੇ ਇਸ਼ਤਿਹਾਰ ਲਾਉਂਦੇ ਹੁੰਦੇ ਸੀ ਜਾਂ ਵੰਡਦੇ ਹੁੰਦੇ ਸੀ ਜੀ, ਇਸ ਸੰਘਰਸ਼ ਦੇ ਕਿਸਾਨਾਂ ਦੇ ਸੰਘਰਸ਼ ਵਿੱਚ ਉਹਨਾਂ ਦੀ ਫੁੱਲ ਸਪੋਰਟ ਸੀ ਜੀ ਬੱਚਿਆਂ ਦੀ। ਠੀਕ ਹੈ, ਅਤੇ ਫਿਰ ਉਸ ਤੋਂ ਬਾਅਦ? ਫਿਰ ਉਸ ਤੋਂ ਬਾਅਦ ਜੀ ਇਹਨਾਂ ਨੇ ਉੱਥੇ ਇੱਕ ਬੱਲ LED ਬੱਲ ਬਣਾਉਂਦੇ ਜੀ, ਕੋਈ ਉੱਥੇ ਇੰਨਾ ਹੀ ਲੋਕਡਾਊਨ ਤੋਂ ਪਹਿਲਾਂ ਲੱਗੇ ਹੋਏ ਸੀ ਜੀ, ਉੱਥੇ ਕੋਈ ਜੋਬ ਕਰਦੇ ਸੀ ਇਹ, ਜੋ ਕੋਈ 8-9 ਹਜ਼ਾਰ ਰੁਪਏ ਤੇ ਤਨਖਾਹ ਦੇ ਮਹੀਨੇ ਦੇ ਹਿਸਾਬ ਨਾਲ ਕਰਦੇ ਸੀ। ਅੱਛਾ, ਜਦੋਂ ਤੋਂ ਇਹ ਅੰਦੋਲਨ ਸ਼ੁਰੂ ਹੋਇਆ ਕਿਸਾਨੀ ਅੰਦੋਲਨ, ਉਹ ਉਸ ਵੇਲੇ ਜੀ ਇਹਨਾਂ ਨੂੰ ਉੱਥੋਂ ਰਿਜ਼ਾਇਨ ਉਹਨਾਂ ਨੇ ਰਿਜ਼ਾਇਨ ਕਰ ਦਿੱਤਾ ਗਿਆ ਜੀ, ਹਟਾ ਦਿੱਤਾ ਗਿਆ ਜੀ। ਅਤੇ ਉਹ ਕਾਰਨ ਇਹ ਸੀ ਜੀ ਕਿ ਕਿਸਾਨੀ ਅੰਦੋਲਨ ਦੇ ਵਿੱਚ ਜਾ ਕੇ ਬੈਠਦੇ ਆ ਜੀ, ਉਹਨਾਂ ਦੀ ਹਮਾਇਤ ਕਰਦੇ ਆ, ਉਸ ਰੋਸ ਤੇ ਜੀ ਇਹਨਾਂ ਨੂੰ ਬੱਚਿਆਂ ਨੂੰ ਹਟਾ ਦਿੱਤਾ ਗਿਆ ਸੀ ਫੈਕਟਰੀ ਚੋਂ ਜੀ। ਫਿਰ ਉਸ ਤੋਂ ਬਾਅਦ? ਫਿਰ ਉਸ ਤੋਂ ਬਾਅਦ ਜੀ ਇਹ ਇਹਨਾਂ ਨੇ ਕੀ ਜੋ ਇਹਨਾਂ ਦੇ ਉੱਥੇ ਬਕਾਇਆ ਪੈਸੇ ਰਹਿੰਦੇ ਸੀ ਜੀ, ਉਹਦੀ ਮੰਗ ਲਈ ਇਹਨਾਂ ਨੇ ਕੁਛ ਜੋ ਉੱਥੇ ਮਜ਼ਦੂਰ ਸੀ ਉਹਨਾਂ ਇਕੱਠੇ ਹੋ ਕੇ ਉੱਥੇ ਗਏ ਸੀ, ਇਹਨਾਂ ਨੇ ਆਪਦੀ ਮੰਗ ਰੱਖੀ ਸਾਡੇ ਪੈਸੇ ਦਿੱਤੇ ਜਾਣ। ਉੱਥੇ ਜਾ ਕੇ ਜੀ ਅੱਗੇ ਕੀ ਉਹ ਫੈਕਟਰੀ ਵਾਲਿਆਂ ਨੇ ਕੋਈ ਗੁੰਡੇ ਬੁਲਾਏ ਹੋਏ ਸੀ, ਪੁਲਿਸ ਦੀ ਵਰਦੀ ਦੇ ਵਿੱਚ ਕਹਿ ਕੇ ਲਓ ਜਾਂ ਪੁਲਿਸ ਵਾਲੇ ਸੀ ਇਹ ਨਹੀਂ ਪਤਾ ਜੀ, ਉਹਨਾਂ ਨੇ ਅੱਗੋਂ ਜੀ ਇਹਨਾਂ ਨੂੰ ਕੁੱਟ ਮਾਰ ਕੇ ਭਜਾਇਆ ਗਿਆ, ਸਾਰੇ ਭੱਜ ਗਏ। ਇਹ ਲੜਕੀ ਜਦੋਂ ਆ ਕੇ ਆਪਣੇ ਉੱਥੇ ਜੋ ਇਹਨਾਂ ਨੇ ਤੰਬੂ ਸੀਗਾ ਉਸ ਦੇ ਵਿੱਚ ਆਏ ਅਤੇ ਇਹ ਇਹਨਾਂ ਨੇ ਕੀ ਉੱਥੋਂ ਉਹਨੂੰ ਅਰੈਸਟ ਕਰ ਲਿਆ ਗਿਆ ਜੀ, ਉਸ ਬੱਚੀ ਨੂੰ। ਅੱਛਾ, ਠੀਕ ਹੈ, ਹੁਣ ਮੰਗ ਕੀ ਤੁਹਾਡੀ ਸਰਕਾਰ? ਸਾਡੀ ਮੰਗ ਇਹ ਹੈ ਜੀ ਸਰਕਾਰ ਤੋਂ, ਅਸੀਂ ਇਹ ਮੰਗ ਕਰਦੇ ਹਾਂ ਜੀ ਇਸ ਬੱਚੀ ਨੂੰ ਜਲਦ ਤੋਂ ਜਲਦ ਰਿਹਾਅ ਕੀਤਾ ਜਾਵੇ ਜੀ। ਕੀ ਨਾਮ ਆ ਤੇ ਕਿਹੜਾ ਪਿੰਡ ਪੂਰਾ ਦੱਸ ਦਿਓ? ਗੰਦੜ ਪਿੰਡ ਹੈ, ਨਾਮ ਮੇਰਾ ਗੁਰਬਾਜ ਸਿੰਘ। ਤੇ ਕੀ ਇਹ ਗੱਲਬਾਤ ਕੀ ਹੋਈ ਆ ਨੌਦੀਪ ਕੌਰ ਨਾਲ? ਇਹ ਲੜਕੀ ਸੀਗੀ, ਘਰੋਂ ਗਰੀਬ ਕਰਦੇ ਸੀਗੇ, ਕੁਛ ਤਾਂ ਮਜ਼ਦੂਰੀ ਕਰਦੇ ਸੀਗੇ, ਉਸ ਉੱਤੇ ਵੀ ਫੈਕਟਰੀ ਸੀ ਬਲਬਾਂ ਵਾਲੀ, ਉੱਥੇ ਉਹਨੇ ਕੁ ਮਿਹਨਤ ਕਰਕੇ ਆਪਦੀ ਫੀਸਾਂ ਦਾ ਬਿਲਾ ਬਣਾਇਆ ਸੀਗਾ। ਸੰਘਰਸ਼ ਚੱਲਿਆ, ਉਦੋਂ ਬਾਅਦ ਉਹਨਾਂ ਨੇ ਉੱਥੇ ਸੰਘਰਸ਼ ਦੇ ਨਾਲ ਸਪੋਰਟ ਕੀਤੀ ਹੈ। ਉਹ ਫੈਕਟਰੀ ਵਾਲਿਆਂ ਨੇ ਉਹਨਾਂ ਨੂੰ ਕਿਤੇ ਆਖਤਾ ਵੀ ਜੇ ਸੰਘਰਸ਼ ਜਾਣਾ ਤਾਂ ਤੁਸੀਂ ਵੀ ਇੱਥੋਂ ਬਾਹਰ ਹੋ ਜਾਓ। ਉਹਨਾਂ ਦੇ ਬਕਾਇਆ ਸੀ ਕਿਹੜਾ ਪੈਸਾ ਮੰਗਣ ਗਏ, ਉਹਨਾਂ ਨੇ ਨਾ ਦਿੱਤੇ, ਉੱਥੋਂ ਗੁੰਡੇ ਗਾਂਡੇ ਸੱਦ ਕੇ ਦੂਸਰੀ ਵਾਰ ਗਏ। ਕਦੋਂ ਸਟੇਜ 'ਤੇ ਕੁੜੀ ਬੋਲਦੀ ਹੁੰਦੀ ਸੀ ਆਪਣੇ ਸਿੰਘੂ ਬਾਰਡਰ 'ਤੇ, ਅਤੇ ਉੱਥੇ ਅਸੀਂ ਤਾਂ ਸੀਗੇ, ਬੇਟੀ ਸੀ ਪਿੰਡ ਦੀ। ਉਦੋਂ ਬਾਅਦ ਸਾਨੂੰ ਉਸ ਦਿਨ ਦਾ ਪਤਾ ਨਹੀਂ ਲੱਗਿਆ ਕਦੋਂ ਉਹਨੂੰ ਫੜ ਕੇ ਲੈ ਗਿਆ, ਉਦੋਂ ਬਾਅਦ ਸਾਨੂੰ ਪਤਾ ਲੱਗਿਆ ਵੀ ਇਹ ਸਾਡੇ ਪਿੰਡ ਦੀ ਬੇਟੀ ਆ, ਵੀ ਇਹਨੂੰ ਲੈ ਕੇ ਫੜ ਕੇ ਉਹ ਜੋ ਸਟੇਜ 'ਤੇ ਪ੍ਰਚਾਰ ਕਰਦੀ ਹੁੰਦੀ ਸੀ ਵੀ ਸਾਰੇ ਜੁੜੋ, ਇਹ ਗੱਲਾਂ ਦਾ ਸਾਨੂੰ ਪਤਾ। ਇਹ ਪਿੰਡ ਦੇ ਪਰਿਵਾਰ ਦੇਖ ਲਓ ਤੁਸੀਂ, ਮਿਹਨਤ ਕਸ ਪਰਿਵਾਰ ਹੈ ਇਹ, ਅਤੇ ਉਹਦੇ ਨਾਲ ਨਾਲ ਆਪਦੀ ਪੜ੍ਹਾਈ ਕਰਦੇ ਸੀਗੇ, ਨਾਲੇ ਮਿਹਨਤ ਕਰਦੇ ਸੀਗੇ, ਅਤੇ ਉਹ ਘਰ ਦਾ ਖਰਚਾ 3 ਕੁੜੀਆਂ 4 ਕੁੜੀਆਂ 6 ਬੱਚੇ ਆ ਸਾਰੇ ਇਹਨਾਂ ਦੇ, ਅਤੇ ਵੀ ਅੱਡੋ ਅੱਡ ਮਾੜਾ ਮੋਟਾ ਆਪਦਾ ਰੋਟੀ ਦਾ ਬਿਲਾ ਬਣਾ ਕੇ ਨਾਲ ਨਾਲ ਪੜ੍ਹਾਈ ਕਰਦੇ ਸੀਗੇ।
ਠੀਕ ਹੈ ਜੀ, ਹੁਣ ਇਨਸਾਫ ਲਈ ਕੀ ਮੰਗ ਕਰੋਗੇ? ਅਸੀਂ ਆਹਦੇ ਵੀ ਸਰਕਾਰਾਂ ਕਿਹੜੀਆਂ ਜਲਦ ਤੋਂ ਜਲਦ ਹਰਿਆ ਕੀਤਾ ਜਾਵੇ ਅਤੇ ਜਥੇਬੰਦੀਆਂ ਨੂੰ ਵੀ ਹੈ ਇਹਦੀ ਸਪੋਰਟ ਫੁੱਲ ਕੀਤੀ ਜਾਵੇ। ਇਹ ਮਨਜ਼ੂਰ ਸੰਘਰਸ਼ ਕਮੇਟੀ 'ਚੋਂ ਪਹਿਲਾਂ ਇਹਨਾਂ ਦੀ ਮਾਤਾ ਸਾਡੇ ਨਾਲ ਜਾਂਦੀ ਰਹੀ ਹੈ। ਠੀਕ ਹੈ ਜੀ। ਹਾਂ, ਅਤੇ ਉਹ ਲਾਈਨ 'ਤੇ ਬੱਚੇ ਲੱਗੇ ਸੀਗੇ, ਜੇ ਉਹ ਕੋਈ ਗੁਨਾਹ ਤਾਂ ਨਹੀਂ ਕੀਤਾ ਬੱਚਿਆਂ ਨੇ, ਨਾਲ ਉੱਥੇ ਸਪੋਰਟ ਦਿੱਤੀ ਸੀ ਕਿਸਾਨਾਂ ਨੂੰ। ਠੀਕ ਹੈ ਜੀ। ਹਾਂ, ਮੇਰਾ ਨਾਂ ਸਵਰਨਜੀਤ ਆ, ਬੇਟੀ ਦਾ ਨਾਂ ਨਵਦੀਪ ਕੌਰ ਆ, ਪਿੰਡ ਗੱਦਨਟ, ਜ਼ਿਲ੍ਹਾ ਮੁਕਤਸਰ ਸਾਹਿਬ। ਨਵਦੀਪ ਕੌਰ ਨਾਲ ਘਟਨਾ ਹੋਈ ਹੈ ਜੀ, ਕੀ ਘਟਨਾ ਹੋਈ ਹੈ, ਕਿੱਥੇ ਹੋਈ ਹੈ? ਉਹ ਦਿੱਲੀ ਸਿੰਘੂ ਬਾਰਡਰ 'ਤੇ ਵੀ, ਉਹ ਜਿਹੜਾ ਹਰਿਆਣੇ ਦੇ ਬਾਰਡਰ ਆ, ਉੱਥੇ ਕੰਪਨੀ 'ਚ ਕੰਮ ਕਰਦੇ ਸੀਗੇ, ਐਲ ਈ ਡੀ ਬੱਲਬ ਬਣਦੇ ਆ ਜਿੱਥੇ, ਵੀ ਨਾਲ ਨਾਲ ਉਹ ਚਾਹੁੰਦੇ ਸੀ ਵੀ ਅਸੀਂ ਪੜ੍ਹ ਲਈਏ, ਨਾਲੇ ਕੋਈ ਆਪਦਾ ਖਰਚਾ ਨਿਕਲ ਆਊਗਾ, ਵੀ ਘਰ ਦੀ ਸਾਡੀ ਹਾਲਤ ਠੀਕ ਨਹੀਂ, ਮਜ਼ਦੂਰ ਹੁਣ ਕਿੰਨੀ ਕੁ ਵੀ ਉਹਨਾਂ ਦਾ ਪਿਆ, ਵੀ ਡੈਡੀ ਕਿੰਨੇ ਕੁ ਪੈਸੇ ਦੇ ਸਕਦਾ, ਸਾਰੇ ਬੱਚੇ ਪੜ੍ਹਦੇ ਆ। ਕਿੰਨੇ ਭੈਣ ਭਰਾ ਜੀ? 4 ਬੇਟੀਆਂ 2 ਬੇਟੇ ਆ ਜੀ। ਕਿੰਨੇ ਸਮੇਂ ਤੋਂ ਉੱਧਰ ਕਿਸੇ ਕੰਪਨੀ 'ਚ ਕੰਮ ਕਰਦੀ ਸੀ? ਹਾਂਜੀ, ਕੰਪਨੀ 'ਚ ਕੰਮ ਕਰਦੇ ਸੀ। ਹਾਂਜੀ, ਕਿੰਨੇ ਸਮੇਂ ਤੋਂ ਕੰਮ ਕਰ ਰਹੇ ਸੀ? 3-4 ਮਹੀਨੇ ਹੋਏ ਆ ਸਰ ਉਹਨਾਂ ਨੂੰ ਪਹਿਲਾਂ। ਹਟਾਓ, ਧਰਨੇ ਦੇ ਵਿੱਚ ਸ਼ਾਮਿਲ ਹੋਏ ਸੀ ਕੁਛ ਮਜ਼ਦੂਰਾਂ ਦਾ, ਉਹਨਾਂ ਨੇ ਸੰਗਠਨ ਬਣਾ ਲਿਆ ਸੀ ਵੀ ਜਿਹੜੇ ਸਾਡੇ ਪੈਸੇ ਰਹਿੰਦੇ ਉਹ ਦਿੰਦੇ ਨਹੀਂ ਸੀਗੇ। ਜਦੋਂ ਕਿਸਾਨਾਂ ਦਾ ਧਰਨਾ ਹੋਇਆ ਉੱਥੇ ਉਹਨਾਂ ਨੇ ਵਿੱਚ ਹੈਲਪ 'ਤੇ ਉੱਥੇ ਹੀ ਸੀਗੇ, ਜਦੋਂ ਸਿੰਘੂ ਮੋਰਚੇ ਦੇ ਬਾਹਰ 'ਚ ਉੱਥੇ ਹੀ ਫੈਕਟਰੀਆਂ ਉਹਨਾਂ ਦੀਆਂ, ਉਹ ਬੰਦ ਹੋ ਗਈਆਂ ਸੀ ਜਦੋਂ ਉੱਥੇ ਜ਼ਿਆਦਾ ਇਕੱਠ ਹੋ ਗਿਆ ਕਿਸਾਨਾਂ ਦਾ। ਇਸ ਕਰਕੇ ਉਹਨਾਂ ਨੂੰ ਕਿਹਾ ਗਿਆ ਵੀ ਜਾਂ ਤਾਂ ਰਜੈਨ ਦੇ ਦਿਓ, ਉਹਨਾਂ ਨੇ ਰਜੈਨ ਦੇ ਤਾਂ, ਰਜੈਨ ਦੇਣ ਤੋਂ ਬਾਅਦ ਜੋ ਉਹਨਾਂ ਨੇ ਕਿਹਾ ਸਾਡੇ ਪੈਸਿਆਂ ਦੀ ਮੰਗ ਕਰਦੇ, ਸਾਡੇ ਪੈਸੇ ਦਿਓ। ਜਦੋਂ ਬਾਹਰ ਰੋਕਿਆ ਗਿਆ ਵੀ ਸਾਡਾ ਧਰਨਾ ਲੱਗਿਆ, 1400-1500 ਮਜ਼ਦੂਰ ਸੀਗਾ ਇਕੱਠ, ਵੀ ਕਿਸਾਨੀ ਮੋਰਚੇ ਦੇ ਵਿੱਚ ਵੀ ਹੈਲਪ ਕਰਦੇ ਸੀ ਉਹ, ਅਤੇ ਬੋਲਦੇ ਵੀ ਸੀ ਇਕੱਠਾਂ ਦੇ ਵਿੱਚ, ਇਸੇ ਕਰਕੇ ਟਾਰਗੇਟ ਕਰਕੇ ਉਹਨੂੰ ਚੱਕਿਆ ਗਿਆ। ਕਿਸੇ ਜਦੋਂ ਉਹਨੂੰ ਅਰੈਸਟ ਕੀਤਾ ਗਿਆ, ਉਹਦੇ ਨਾਲ ਉਹਦੇ ਸਾਥੀ ਸੀ ਜਾਂ ਕੋਈ ਨਾਲ ਹੋਰ? ਹਾਂਜੀ, ਸੀਗੇ ਲੋਕਲ ਦੇ ਵੀ ਸੀ ਕੁਛ, ਵੀ ਜਿਵੇਂ ਦਿੱਲੀ ਯੂਨੀਵਰਸਿਟੀ 'ਚ ਪੜ੍ਹਦੇ ਆ ਸਟੂਡੈਂਟ ਜਾਂ ਹਰਿਆਣੇ ਦੇ ਆ। ਅਤੇ ਇਸੇ ਕੁੱਟਾਂ ਮਾਰੀ ਹੁੰਦੀ ਸੀ ਉਹਨਾਂ ਦੇ, ਲੋਕਲ ਗੁੰਡੇ ਸੀ ਕੁਛ, ਪੁਲਿਸ ਸੀਗੀ, ਲੜਾਈ ਦੇ ਵਿੱਚ ਹੀ ਉਹਨੂੰ ਨਵਦੀਪ ਨੂੰ ਇਕੱਲੀ ਨੂੰ ਚੱਕ ਕੇ ਉਹ ਤੋੜ ਗਏ ਸੀਗੇ। ਕਿਹੜੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਹੋਇਆ ਅਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਨਵਦੀਪ ਨੂੰ ਅਰੈਸਟ ਕਰ ਲਿਆ? ਸਾਨੂੰ 12 ਤਰੀਕ ਨੂੰ 12 ਵਜੇ ਚੱਕਿਆ ਸੀ ਉਹਨਾਂ ਨੇ, ਅਤੇ ਰਾਤ ਨੂੰ ਰਾਜਵੀਰ ਕੌਰ, ਉਹਦੀ ਵੱਡੀ ਜਿਹੜੀ ਸਿਸਟਰ ਆ, ਦਿੱਲੀ ਯੂਨੀਵਰਸਿਟੀ PhD ਕਰੀ ਜਾਂਦੇ, ਉਹਨੂੰ ਪਤਾ ਲੱਗਿਆ ਸੀਗਾ। ਉਹਨਾਂ ਨੇ ਇਸ ਟਾਈਮ ਕੱਠ ਕੁੱਠ ਮਾਰ ਕੇ ਉਹਦੇ ਮਗਰ ਛਡਾਉਣ ਦੀ ਕੋਸ਼ਿਸ਼ ਕੀਤੀ ਜਾਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਵੀ ਕਿੱਥੇ ਲੈ ਕੇ ਗਏ, ਕਿੱਥੇ ਨਹੀਂ। ਸਟੂਡੈਂਟ ਸੀਗੇ ਨਾਲ ਉਹਨਾਂ ਦੇ, ਕੁਝ ਪੰਜਾਬ ਸਟੂਡੈਂਟ, ਜਿਵੇਂ ਹੁਣ ਜਥੇਬੰਦੀ ਉੱਥੇ ਸਾਰੀਆਂ ਜਥੇਬੰਦੀਆਂ ਸਿੰਘੂ ਮੋਰਚੇ ਦੇ ਵਿੱਚ, ਅਤੇ ਕਿਸਾਨਾਂ ਨੂੰ ਵੀ ਇਸ ਉਹਦੀ ਨਾਲ ਦੀ ਨਾਲ ਦੱਸਿਆ ਗਿਆ ਸੀ ਫੌਰੀ ਤੌਰ 'ਤੇ ਵੀ ਆਪਣੀ ਵੀ ਨਵਦੀਪ ਕੌਰ ਨੂੰ ਇੱਥੋਂ ਚੱਕਿਆ ਗਿਆ, ਤੁਸੀਂ ਸਾਡੀ ਹੈਲਪ ਕਰੋ। ਉਹਨਾਂ ਨੇ ਇਹ ਕਿਹਾ ਵੀ ਮੀਟਿੰਗ ਕਰਕੇ ਅਸੀਂ ਦੱਸਾਂਗੇ ਥੋੜ੍ਹੇ ਚਿਰ ਬਾਅਦ, ਵੀ ਉਦੋਂ ਨੂੰ ਸ਼ਾਮ ਹੋ ਚੁੱਕੀ ਸੀ ਜਦੋਂ ਮੀਟਿੰਗਾਂ ਹੋਈਆਂ ਉਹਨਾਂ ਨਾਲ। ਬਾਅਦ 'ਚੋਂ ਕਹਿੰਦੇ ਵੀ 26 ਵਾਲੇ ਪ੍ਰੋਗਰਾਮ 'ਚ ਅਸੀਂ ਬਿਜ਼ੀ ਹਾਂ, ਅਤੇ 13 ਜਾਂ 14 ਤੱਕ ਦੇਖਾਂਗੇ ਅਸੀਂ। ਬਾਅਦ 'ਚ ਕੋਈ ਉਹਨਾਂ ਨੇ ਉੱਧਰੋਂ ਕੋਈ ਜਵਾਬ ਨਹੀਂ ਆਇਆ। ਰਾਜਵੀਰ ਕੌਰ ਮਿਹਨਤ ਕਰਦੀ ਰਹੀ ਆ ਆਪਦੀ, ਵੀ ਮੈਂ ਅਸੀਂ ਤਾਂ ਇੱਥੇ ਸੀਗੇ, ਵੀ ਫਿਰ ਉਹਨੇ ਭੱਜਣਾ ਸੀ ਮਗਰ ਆਪਦੀ ਭੈਣ ਦੇ, ਜਾਂ ਸਟੂਡੈਂਟ ਜਿਹੜੇ ਆਪਣੇ ਪੰਜਾਬ ਦੇ ਆ। ਕਾਫੀ ਦਿਨ ਹੋ ਗਏ ਅਰੈਸਟ ਹੋਏ ਨੂੰ, ਹਜੇ ਤੱਕ ਬੇਲ ਨਹੀਂ ਹੋਈ, ਤੁਸੀਂ ਬੇਲ ਲਈ ਅਰਜ਼ੀ ਲਗਾਈ ਹੈ ਜਾਂ ਨਹੀਂ? ਹਾਂਜੀ, ਲਗਾਈ ਹੈ, 1 ਤਰੀਕ ਦੀ ਉਹਨਾਂ ਨੇ ਰੱਦ ਕਰਤੀ ਆ, ਹੁਣ 8 ਤਰੀਕ ਨੂੰ ਗਏ ਰਹੇ ਆ ਹਾਈ ਕੋਰਟ ਦੇ ਵਿੱਚ। ਲਾਉਣੀ ਚਾਹੀਦੀ ਹੈ, ਪਤਾ ਲੱਗਿਆ ਆਂਟੀ ਕਿਉਂ ਰੱਦ ਕੀਤੀ ਆ, ਕੀ ਕੀ ਇੱਦਾਂ ਦੀਆਂ ਧਰਾਵਾਂ ਜਿਹੜੀਆਂ ਉੱਥੇ ਲੱਗੀਆਂ ਨੇ ਜਿਹੜੀ ਉਹ ਬੇਲ ਨੂੰ ਉਹਨਾਂ ਨੇ ਰੱਦ ਕੀਤਾ, ਕੋਈ ਪਤਾ ਲੱਗ ਸਕਿਆ ਇਸ ਬਾਰੇ? ਕਾਰਨ ਤਾਂ ਇਹ ਹੀ ਆ ਵੀ ਉਹ ਜਿਹੜੇ ਬੋਲਦੇ ਹੱਕ ਸੱਚ ਦੇ ਵਾਸਤੇ, ਉਹਨਾਂ ਨੂੰ ਨਹੀਂ ਉਹ ਦਬਾਉਣਾ ਚਾਹੁੰਦੇ ਆ। ਜੋ ਵੀ ਫੈਕਟਰੀਆਂ ਦੇ ਮਾਲਕ ਆ ਉਹ ਮਿਲੇ ਹੋਏ ਆ, ਪੁਲਿਸ ਜਾਂ ਸਰਕਾਰ ਆ ਉੱਥੋਂ ਦੀ, ਹਰਿਆਣੇ ਦੀ ਸਰਕਾਰ, ਤੁਹਾਨੂੰ ਪਤਾ ਹੀ ਖੱਟੜ ਸਰਕਾਰ ਆ, ਉਹ ਸਾਰੇ ਮਿਲੇ ਹੋਏ ਆ ਵੀ ਜਿੰਨੇ ਵੀ ਸਟੂਡੈਂਟ ਆ ਇੱਥੋਂ ਨਿਖੜ ਜਾਣ ਮੋਰਚੇ 'ਚੋਂ, ਪਰਚੇ ਪਾਓ, ਇਹਨਾਂ ਨੂੰ ਦਬਾਓ, ਕੁੱਟ ਮਾਰ ਕੇ ਜਿਵੇਂ ਮਰਜ਼ੀ ਕਰੋ, ਵੀ ਬੰਦ ਹੋ ਜਾਣ ਵੀ ਇਹਨਾਂ ਦੀ, ਹੁਣ ਐਂ ਛੱਡਣਗੇ ਤਾਂ ਫਿਰ ਦੂਜੇ ਹੌਂਸਲਾ ਪੋ ਵੀ ਚੱਲ ਛੁੱਟੀ ਗਿਆ ਉਹਨੂੰ, ਛੱਡ ਤਾਂ ਨਹੀਂ ਛੱਡਣਾ ਚਾਹੁੰਦੇ ਉਹ, ਤਾਂ ਹੀ ਉਹ ਇਹ 'ਤੇ ਕੇਸ ਜੇ ਪਾਏ ਆ। ਹਾਲਾਂਕਿ ਸੱਚ ਇਹੀ ਸੀ ਵੀ ਉਹਦੇ ਮਿਹਨਤ ਦੇ ਪੈਸੇ ਮੰਗਦੇ ਸੀ, ਹੋਰ ਕੋਈ ਚੱਕਰ ਨਹੀਂ ਸੀ, ਆਪਦੇ ਪੈਸੇ ਖੁਦ ਦੀ ਮਿਹਨਤ ਦੇ ਹੀ ਮੰਗ ਰਹੇ ਸੀ ਉਹ। ਉਹ ਜਦੋਂ ਅਸੀਂ ਗਏ ਹਾਂ ਰਾਜਵੀਰ ਕੌਰ, ਪਹਿਲੇ ਦਿਨ ਜਦੋਂ ਮੁਲਾਕਾਤ ਹੋਈ ਉਹਨਾਂ ਨੇ ਇਕੱਲੇ ਇਹ ਕਿਹਾ ਵੀ ਕਰੋਨਾ ਵਾਇਰਸ ਆ, ਨਾ ਤਾਂ ਫੋਨ ਕਰਨ ਦਿੰਦੇ 26 ਜਨਵਰੀ ਕਰਕੇ ਅੰਦਰੋਂ, ਨਾ ਉਹ ਮਿਲਣ ਦਿੰਦੇ ਆ। ਉਹ ਕਹਿੰਦੇ ਵੀ ਮੰਮੀ ਇੱਕ ਵੀ 15-20 ਦਿਨਾਂ ਵਿੱਚ ਇੱਕ ਬੰਦਾ ਮੁਲਾਕਾਤ ਇੱਕ ਹੋ ਸਕਦੀ ਆ, ਉਹਦੇ ਵਿੱਚ ਇਕੱਲੀ ਰਾਜਵੀਰ ਕੌਰ ਗਈ ਆ, ਕੱਪੜੇ ਦੇ ਕੇ ਆਈ ਉਹਨੂੰ, ਉਹਦੇ ਉਹਨੇ ਮਾੜਾ ਮੋਟਾ ਉਦੋਂ ਦੱਸਿਆ, ਇੰਨਾ ਪੂਰਾ ਦੱਸ ਨਹੀਂ ਸਕੇ ਕਿਉਂਕਿ ਟਾਈਮ ਥੋੜ੍ਹਾ ਦਿੰਦੇ ਆ।
उन्होंने दस्या भी मेरे मैंने कुटिया गया बहुत ज्यादा आदमी जड़े चक के लगे भी जैन से लेडीज नहीं सी नाल उन्होंने पुलिस के वो खुद ही चक के लै गए जाने भी कुटिया उत्थे भी कुटिया गया थाने के भी फिर लेडीज वालों वक् कुटिया गया अंदरों कुछ कुड़िया ने कि जो पहलों ने हरियाणे दया उन्होंने फोन किया गया सी भी नवदीप कौर के पैर च खून आ रहा तो वो पिंडे तो बहुत जख्म प्रशासन तो या कह सकते किसानां दे नाल तुरी फिरी राजवीर कौर भी साडी हेल्प कीती जावे वो चिट्ठियां लिखियां गईयां एस पी नाल भी डॉक्टर दर्शनपाल ने मीटिंग कीती शायद नवदीप के विषय पर भी उन्हें छड्डिया जाए उदू बाद मैडिकल होया वह मैडिकल रिपोर्ट के सट्टा आई ये वेखो 12 तरीक का चक्या 25 तरीक न मैडिकल होया वो हजे भी उस टाइम सट्टा आई रिपोर्ट के परिवार मिले जी नवदीप कौर हजे तक कि नहीं जी वह कहते भी 15-20 दिन चेक ही मिल सकता वो फिर राजवीर कपड़े दे आई सी वकील साइन करा के आए उदे भी जिदे मैं हॉस्पिटल लैके आए हैं पिछले दरवाजे लोकल गड्डी उन्होंने आपदी से लैके उधर ही सानू भी मिल नहीं दिता सी गए स वैसे तो हजे तक भी कोई उन्होंने परिवार को दिखाया भी हो नहीं जी असं नहीं मिल सके सानू झाक सी शायद 1 तरीक नूं भी जवान तो हो जूगी भी चल असीं जावांगे नाले उहनूं वेख आवांगे नाल लै आवांगे भी ऐं करके मजदूर हैगे आ भी उहदे भी सिद्धे गए आ असीं बस दा किराया लुक भी गए आ मुक्तसरों बस ते 1000 रुपया 1 बंदे दी टिकट लगदी है जे जागे तां स्पैशल जत्थेबंदी वाला कोई भी नहीं गया नहीं हजे तिकर तां कोई नहीं आया सर हुण जिवें खबर लगी जांदियां भी उस लगता भी शायद हो सकता साडी सुनवाई हो जाए सानू किसी चीज़ की कुछ नहीं सानू हेल्प दी छड्डी इन्ना ही है भी उहदे केस रद्द हो जाण साडी बेटी की जवान तो हो जाए ते तां असीं वेख सकगे उहदी उही 23-24 साल उम्र है उहदा 96 दा जन्म था वीर जी मामला इह है भी जो नवदीप कौर आ उत्थे इंडस्ट्रियल एरिए च फैक्ट्रियां जो मजदूर काम करते उन्हां नालों मजदूरां दे तौर ते काम करदी सी ते ओह मजदूर लगातार जिहड़ा उत्थे सिंघू बार्डर ते मोर्चा लग्गिया सीगा उहदे च वी आपदी हाजरी भरदे सी ते नाल ओह सिंघू मोर्चा लगन कारण जिन्नी फैक्ट्रियां च बंद हो गईयां ते जदों मजदूरां ने मंग कीती वी साडियां जिहड़ियां तनखाहां दित्तियां जाण तां उहनां ने जो हुण तक मोदी सरकार दा मजदूरां प्रति पहुँच आ वी इत्थे जो किरत कानूनां च सुधां कीतियां उहदे तहत उन्होंने यही है भी कारखानों के सनतों के जिहड़ियां जथेबंदियां ना बनन जिहदे करके इंडस्ट्रियल एरिए कुंडली दे उन्होंने आपदी एक गुंडा फोर्स रखी हुई है जदों कितें मजदूर उत्थे आपदियां मंगां दी खातर कोई धरना मुजहरा करते हैं तो गुंडा फोर्स आ जिहड़ी उन्होंने उत्थों कुटदी आ मारदी आ भजाउंदी आ इस समय दौरान जदों धरना ला के बैठे से उह धरना उन्होंने शांतमई सी नवदीप कौर जिहड़ी इह कुड़ी आ उह उत्थे बुलारा स्टेज ते बोल रही सी उदों की वापरदा भी वह गुंडा उन्होंने आके हमला करते हैं शायद पुलिस वाले छुड़ाने की कोशिश करते हैं तो गुंडे नाले पुलिस वाले कुटते हैं नाले इन्हों के सारे इकट्ठ में भजा आते हैं तो उतों नवदीप कौर जी भाषण दे रही होंगी है उन्होंने पुलिस जबरी फड़ के ले जाती है तो उहदे ते थाने दे विच भी बहुत ही भैड़ा तशद्दुद जिहड़ा दस्या नहीं जा सकता इन्ना भैड़ा तशद्दुद करते हैं असीं समझते हैं भी जो मोदी सरकार की दलतों प्रति पहुँच आ मनुस्मृति जिहड़ी लागू करन दी आ भी दलित जिहड़े ये गुलाम ही होने चाहिए आ ये उसे दा ही एजेंडा है कि मजदूर आवाज़ आपदी उठाउणा ये गुलाम करने वास्ते रखना चाहते हैं इस तहत ही साडी जिहड़ी कुड़ी आ नवदीप कौर उहनूं उन्होंने हरियाणे की पुलिस ने फड़ के जिहड़ा सोनीपत की जेल च बंद किया होया धरावां तां हैगियां जी 148 149 323 ते 307 लाई है दो परचे होए ते एफ आर आईयां एक च 349 बी ते 354 लाई हुई है की कारण रहा हुण तक बेल नहीं हो सकी
जे बेल की गल करनी हो क्योंकि जे इस परिवार की गल करनी हो जो पहला गंधड़ कांड वापरिया इतों पिंड के जंगीरदार मुंडिया ने कुड़ी मजदूर रेप किया उदों इस नौदीप कुड़ी की माता उस संघर्ष साथ दिंदी रही है तो उत्थे बठिंडे वाले आई जी के धरने 15-20 दिन जेल कट के आए हैं तो ये परिवार पहला तो संघर्षशील परिवार है तो क्योंकि ये सरकार नू मोदी सरकार नू संघर्ष करने वाले लोग फुटी अख नहीं पाते क्योंकि उन्हों का हिंदुत्व एजेंडे लागू करने वास्ते वो हर तरह के विरोध नू दबाना चाहते हैं। हुण आपां देखते हैं कि किसानी घोल नू दबाउण वास्ते किवें वो फिरकू पत्ता वरत रहे हैं कि खालिस्तानी है तो कि धर्मां दे नां ते लोगों नू लड़ा दिता जाए। असी ये समझते हैं कि मोदी सरकार आपके खिलाफ उठन वाली जमहूरी हकों की हर आवाज़ को दबाने वास्ते लगी हुई है। इदू पहला आप देखिया गौतम नवलखे वर्गे वरवरा राव वर्गे जोड़े बुद्धिजीवी है वो इन्होंने नजायज़ तौर पर हिरासत रखे हुए है उस कड़ी तहत ही लोगों की आवाज़ को बंद करने वास्ते ये नौदीप कौर जो ने जेल चाड़िया होया है। पर असी आपकी पंजाब खेत मजदूर यूनियन वालों तो होर जथेबंदियों वालों इन्हों के इस जबर के खिलाफ आ जोड़ा वो लगातार लड़ते रहेंगे। कल ये खिलाफ पंजाब खेत मजदूर यूनियन वालों मुक्तसर शहर के नौदीप कौर रिहा करने वास्ते जोड़ा मुजहरा किया जाना है वो असी वे पद्धर से समूह जथेबंदियों अपील करते हैं कि उस मुजहरे में शामिल होन ता जो आप इस बच्ची इंसाफ दवाने वास्ते अगला संघर्ष है जोड़ा वो विढ़ सके। श्री मुक्तसर साहिब तो तरसेम ढोडी की रिपोर्ट।